ਹਾਂਜੀ ਦੋਸਤੋ, ਮਾਨ ਕਮਰਸ਼ੀਅਲ ਗੋਡਫਾਦਰ ਵਿੱਚ ਤੁਹਾਡਾ ਸਵਾਗਤ ਹੈ। ਅੱਜ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਸੀਪ ਵੱਲ, ਸੀਪ ਡੋਰਸੈਟ ਸੀਪ, ਜਿਹਨੂੰ ਕਿ ਆਪਾਂ ਮਸ਼ੀਨ ਦੇ ਨਾਲ ਅਸੀਂ ਜਿਹੜੀ ਵਾਲਾਂ ਦੀ ਕਟਿੰਗ ਆ ਫੁੱਲ ਕਹਿ ਦੀ ਆਪਾਂ ਇਹਦੀ ਸਫਾਈ ਕਰ ਰਹੇ ਹਾਂ ਜੀ। ਮਸ਼ੀਨ ਆ ਜਿਹੜੀ ਇਹ ਲਗਭਗ 14-15 ਹਜ਼ਾਰ ਦੀ ਕੀਮਤੀ ਮਸ਼ੀਨ ਆਈ ਹੈ, ਜਿਹੜੀ ਕਿ ਲੈਟ 'ਤੇ ਚੱਲਦੀ ਆ, ਜਿਵੇਂ ਕਿ ਮਤਲਬ ਅੱਛਾ ਰਿਜ਼ਲਟ ਕਹਿ ਸਕਦੇ ਹਾਂ ਆਪਾਂ। ਅਤੇ ਤੁਸੀਂ ਦੇਖ ਹੀ ਰਹੇ ਹੋ ਵੀਡੀਓ ਵਿੱਚ, ਇਹ ਲੈਟ 'ਤੇ ਚੱਲਣ ਵਾਲੀ ਮਸ਼ੀਨ ਆ, ਇਹਦੇ 'ਚ ਬਹੁਤ ਛੇਤੀ ਕੰਮ ਆ ਜਿਹੜਾ ਉਹ ਮਿੰਟਾਂ ਘੰਟਿਆਂ ਦਾ ਕੰਮ ਆ ਜਿਹੜਾ ਉਹ ਮਤਲਬ ਮਿੰਟਾਂ ਦੇ ਵਿੱਚ ਨਿਬੜ ਜਾਂਦਾ ਵਾ। ਸੋ ਇਸ ਤਰ੍ਹਾਂ ਦੇ ਭੇਡ ਪਾਲਣ ਜਿਹੜਾ ਆਪਾਂ ਅਨੁਮਾਨ ਕਰ ਸਕਦੇ ਹਾਂ, ਕਿਉਂਕਿ ਇਹਨਾਂ ਨੂੰ ਲਗਭਗ ਜੇ ਗੱਲ ਕਰੀਏ ਆਪਾਂ 2-3 ਵਾਰਾਂ ਸਾਲ ਵਿੱਚ ਕੱਟਣਾ ਪੈਂਦਾ। ਗਰਮੀਆਂ ਵਿੱਚ ਜ਼ਿਆਦਾ ਜ਼ਰੂਰੀ ਹੈ, ਸਰਦੀਆਂ ਚੱਲ ਜਾਂਦਾ, ਕਿਉਂਕਿ ਗਰਮੀਆਂ ਦੇ ਵਿੱਚ ਘੱਟੋ ਘੱਟ 6 ਮਹੀਨੇ ਦਾ ਜਿਹਾ ਜ਼ਰੂਰੀ ਹੈ ਕੱਟਣਾ। ਅਤੇ ਇਸ ਲਈ ਅਸੀਂ ਆਪਣੇ ਵੱਲੋਂ ਲੇਟੈਸਟ ਵੀਡੀਓ ਆ ਜੀ ਜਿਹੜੀ ਕਿ ਦਿਖਾਈ ਦੇ ਰਹੀ ਹੈ, ਮੱਕੀ ਤਰੀਕ ਅਗਸਤ ਦੇ ਵਰਤੋਂ ਜੀ। ਅਤੇ ਤੁਹਾਨੂੰ ਇਹ ਟ੍ਰੈਕ ਰੂਪ ਦਿਖਾਇਆ ਜਾ ਰਿਹਾ ਤਾਂ ਕਿ ਕੋਈ ਜ਼ਿਆਦਾ ਖਤਮ ਨਹੀਂ ਹੈ, ਆਪਾਂ ਆਪ ਹੀ ਸਾਨੂੰ ਕਰ ਸਕਦੇ ਹਾਂ। ਅਤੇ ਮਾਨ ਕਮਰਸ਼ੀਅਲ ਅਵਾਰਡ ਫਾਰਮ ਬਲੀਜ ਵਰਗੇ ਜਿਸ ਮਾਨਸਾ ਵੱਲੋਂ ਭੇਟ ਕਰਨ ਦਾ ਕੀਤਾ ਜਾ ਰਿਹਾ ਹੈ, ਉਹਦੇ ਰਿਗਾਰਡਿੰਗ ਤੁਹਾਨੂੰ ਇਹ ਵੀਡੀਓ ਜਿਹੜੀ ਭੁੱਲ ਵੀ ਕਟਿੰਗ ਨਹੀਂ ਕਰਨੀ ਸਿਖਾਈਏ ਹਾਂ, ਅਤੇ ਸਾਨੂੰ ਨਾ ਆਪਾਂ ਕਿਵੇਂ ਕੱਟ ਸਕਦੇ ਹਾਂ। ਕੋਈ ਜਾਂਦਾ ਜਾਂ ਤੰਗ ਵੀ ਨਹੀਂ ਕਰਦਾ ਇਹ, ਤੁਸੀਂ ਦੇਖ ਰਹੇ ਹਾਂ ਆਸਾਨੀ ਦੇ ਨਾਲ ਪਿਆ ਰਹੇ ਬਿਲਕੁਲ। ਅਤੇ ਲਗਭਗ ਅਤੇ ਅਸੀਂ 3 ਜਣਿਆਂ ਨੇ ਮਿਲ ਕੇ ਇਸ ਨੂੰ ਭੇਡ ਨੂੰ ਕੱਟਿਆ ਗਾ, ਤਾਂ ਇਹ ਭੇਡੂ ਆ ਡੋਰਸੈਟ, ਜਿਹਦੇ ਕੋਲ ਆਪਾਂ ਬਰੀਡ ਤਿਆਰ ਕਰਕੇ ਅੱਗੇ ਬੱਚੇ ਜਿਹੜੇ ਉਹ ਤਿਆਰ ਕਰਾਂਗੇ। ਅਤੇ ਤੁਸੀਂ ਮੇਰੀ ਵੀ ਇੰਨੀ ਕੋਈ ਬੱਕਰੀਆਂ ਰਿਗਾਰਡਿੰਗ ਜਾਣਕਾਰੀ ਜ਼ਰੂਰਤ ਹੋਵੇ, ਉਹ ਦੁਆਰ ਸੰਡੇ ਤੁਸੀਂ ਫਾਰਮ 'ਤੇ ਪਹੁੰਚ ਸਕਦੇ 11-12 ਵਜੇ, ਤਾਂ ਕਿ ਹਰ ਤਰ੍ਹਾਂ ਦੀ ਭੇਡ ਪਾਲਣ ਬਾਰੇ, ਬੱਕਰੀ ਪਾਲਣ ਬਾਰੇ, ਬੱਕਰੀਆਂ ਦਾ ਕੰਮ ਸ਼ੁਰੂ ਕਰਨ ਬਾਰੇ ਆਪਾਂ, ਜਾਂ ਬੱਕਰੀਆਂ 'ਤੇ ਕੋਈ ਖਰੀਦਣੀਆਂ ਹੋਣ ਉਹਦੇ ਰਿਗਾਰਡਿੰਗ ਤੁਸੀਂ ਐਤਵਾਰ ਨੂੰ ਫਾਰਮ 'ਤੇ ਪਹੁੰਚ ਕੇ ਬੱਕਰਾ ਮੰਡੀ ਬੁਰਜਰੀ ਤੋਂ ਬੱਕਰੀਆਂ ਖਰੀਦ ਸਕਦੇ ਹੋ, ਦੇ ਸਕਦੇ ਹੋ। ਤੋ ਅੱਜ ਦਾ ਇਹ ਜਿਹੜਾ ਮੇਨ ਵੀਡੀਓ ਸੀਗਾ, ਸਿਰਫ ਭੇਡ ਵੀ ਕਿਵੇਂ ਕਟਿੰਗ ਕਰ ਸਕਦੇ ਹਾਂ, ਕਿਵੇਂ ਉਹਦੀ ਉੱਨ ਆਪਾਂ ਲਾ ਸਕਦੇ ਹਾਂ, ਉਸਦੇ ਰਿਗਾਰਡਿੰਗ ਤੁਹਾਨੂੰ ਜਿਹੜੀ ਵੀਡੀਓ ਦਿਖਾਈ ਜਾ ਰਹੀ ਹੈ। ਅਤੇ ਮਸ਼ੀਨ ਆ ਜਿਹੜੀ ਉਹ ਲੈਟ ਦੇ ਉੱਤੇ ਚੱਲਦੀ ਹੈ, ਜਿਹਦੀ ਕਿ ਆਸਾਨੀ ਦੇ ਨਾਲ ਆਪਾਂ ਨੂੰ ਉੱਨ ਕੱਟਣ ਦੇ ਵਿੱਚ ਕੋਈ ਸਮੱਸਿਆ ਨਹੀਂ ਆਉਂਦੀ, ਸੌਖਾ ਕੀਤਾ ਹੈ। ਸੋ ਕਿਸੇ ਵੀ ਤਰ੍ਹਾਂ ਦੀ ਤੁਸੀਂ ਜਾਣਕਾਰੀ ਲੈਣੀ ਚਾਹੁੰਦੇ ਹੋ ਜਾਂ ਇਹ ਮਸ਼ੀਨ ਲੈਣਾ ਚਾਹੁੰਦੇ ਹੋ, ਇਹ ਮਸ਼ੀਨ ਵੀ ਤੁਹਾਨੂੰ ਮਿਲ ਜਾਏਗੀ, ਅਤੇ ਤੁਸੀਂ ਜਿਹੜੇ ਭੇਡ ਪਾਲਣ ਆ ਉਹ ਚੰਗੀ ਤਰ੍ਹਾਂ ਕਰ ਸਕਦੇ ਹੋ। ਅਤੇ ਬਹੁਤ ਵਧੀਆ ਧੰਦਾ ਗਾ ਬੱਕਰੀ ਪਾਲਣ ਦੇ ਨਾਲ ਨਾਲ ਭੇਡ ਪਾਲਣਾ ਵੀ ਤੁਸੀਂ ਸਾਨੂੰ ਦੇ ਨਾਲ ਕਰ ਸਕਦੇ ਹੋ। ਸੋ ਮੇਨ ਮਕਸਦ ਤੁਹਾਡਾ ਵੀਡੀਓ ਵਿੱਚ ਇਹ ਦਿਖਾਉਣਾ ਸੀ ਕਿ ਆਪਾਂ ਆਪ ਵੀ ਬੱਕਰੀ ਪਾਲਣ ਦੇ ਵਿੱਚ ਜਾਂ ਭੇਡ ਪਾਲਣ ਨੂੰ ਕਿਵੇਂ ਕੱਟ ਸਕਦੇ ਹਾਂ। ਕਈ ਵਾਰ ਵੱਡਾ ਆਪਾਂ ਨੂੰ ਹੂਆ ਹੁੰਦਾ ਵੀ ਸਾਥੀ ਵਾਲ ਕੱਟੇ ਨਹੀਂ ਜਾਣੇ, ਤਾਂ ਅਸੀਂ ਆਸਾਨੀ ਦੇ ਨਾਲ ਕੱਟਿਆ ਵਾ ਤੁਸੀਂ ਦੇਖ ਰਹੇ ਹੋਗੇ, ਤਾਂ ਤੁਹਾਡਾ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ।